एक औरत दा फोन खो के भज रहे चपटमार ने पुलिस नूं भाजड़ा पा दित्तियां। दस दिए कि चोर अगे अगे ते पुलिस उसके पिछे पिछे भजदी नजर आई है ते उस चोर दे वल्लों पुलिस नूं गलियां दे विच खूब गोल गोल घुमाया गया। ਤਾਂ ਦੱਸ ਦਈਏ ਕਿ ਖਬਰ ਪਟਿਆਲਾ ਦੇ ਤ੍ਰਿਪੜੀ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਔਰਤ ਦਾ ਫੋਨ ਖੋ ਕੇ ਭੱਜ ਰਹੇ ਜਦੋਂ ਚੋਰ ਨੂੰ ਫੜਨ ਦੇ ਲਈ ਪੁਲਿਸ ਨਿਕਲੀ ਤਾਂ ਪੁਲਿਸ ਨੂੰ ਵੀ ਉਸਨੇ ਭਾਜੜਾ ਪਾ ਦਿੱਤੀਆਂ। ਲੋਕਾਂ ਦੇ ਵੱਲੋਂ ਵੀ ਕੜੀ ਮੁਸ਼ਕਤ ਕੀਤੀ ਗਈ, ਚੋਰ ਦੇ ਪਿੱਛੇ ਪਿੱਛੇ ਭੱਜਿਆ ਗਿਆ ਅਤੇ ਬੜੀ ਮੁਸ਼ਕਲ ਦੇ ਨਾਲ ਚੋਰ ਨੂੰ ਕਾਬੂ ਕੀਤਾ ਗਿਆ ਅਤੇ ਘਟਨਾ ਕੋਲ ਹੀ ਲੱਗੇ ਇੱਕ CCTV ਦੇ ਵਿੱਚ ਕੈਦ ਹੋ ਗਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕ ਦੇ ਉੱਤੇ ਇੱਕ ਚੋਰ ਜਦੋਂ ਭੱਜਦਾ ਹੈ ਤਾਂ ਪੁਲਿਸ ਆਪਣੀ ਗੱਡੀ ਨੂੰ ਸੜਕ ਦੇ ਵਿਚਾਲੇ ਹੀ ਖੜ੍ਹੀ ਕਰਕੇ ਜਦੋਂ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਚੋਰ ਅੱਗੇ ਨੂੰ ਭੱਜ ਲੈਂਦਾ ਅਤੇ ਪੁਲਿਸ ਉਸਦੇ ਪਿੱਛੇ ਪਿੱਛੇ ਭੱਜਦੀ ਨਜ਼ਰ ਆਈ ਹੈ। ਹਾਲਾਂਕਿ ਨਾਲ ਹੀ ਇੱਕ ਛੋਟੇ ਹਾਥੀ ਦਾ ਚਾਲਕ ਵੀ ਨਿਕਲਦਾ ਹੈ, ਉਸਦੇ ਵੱਲੋਂ ਵੀ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਚੋਰ ਇੰਨਾ ਸ਼ਾਤਿਰ ਅਤੇ ਤੇਜ਼ ਹੁੰਦਾ ਕਿ ਇਹਨਾਂ ਦੋਵਾਂ ਦੇ ਹੱਥੋਂ ਬੜੀ ਚਲਾਕੀ ਦੇ ਨਾਲ ਨਿਕਲ ਜਾਂਦਾ ਹੈ। ਹਾਲਾਂਕਿ ਜਦੋਂ ਗਲੀਆਂ ਦੇ ਵਿੱਚ ਭੱਜ ਰਿਹਾ ਸੀ ਤਾਂ ਉਸਦੀ ਵੀ ਇਹ CCTV ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਲੋਕ ਵੀ ਉਸ ਚੋਰ ਦੇ ਮਗਰ ਭੱਜਦੇ ਨਜ਼ਰ ਆਏ ਨੇ ਅਤੇ ਕਿਹਾ ਜਾ ਰਿਹਾ ਕਿ ਕਾਫ਼ੀ ਅੱਗੇ ਜਾ ਕੇ ਇਸ ਚੋਰ ਨੂੰ ਕਾਬੂ ਕੀਤਾ ਗਿਆ ਅਤੇ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਪਟਿਆਲਾ ਦੇ ਤ੍ਰਿਪੜੀ ਇਲਾਕੇ ਤੋਂ ਇਹ ਵੀਡੀਓ ਵਾਇਰਲ ਹੋਈ ਦੱਸੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇੱਕ ਚੋਰ ਨੇ ਪੁਲਿਸ ਨੂੰ ਭਾਜੜਾ ਪਾ ਦਿੱਤੀਆਂ, ਪੁਲਿਸ ਉਸਦੇ ਪਿੱਛੇ ਪਿੱਛੇ ਅਤੇ ਚੋਰ ਅੱਗੇ ਅੱਗੇ ਭੱਜਦਾ ਨਜ਼ਰ ਆਇਆ। ਇੱਕ ਔਰਤ ਦਾ ਫੋਨ ਖੋ ਕੇ ਭੱਜ ਰਹੇ ਝਪਟਮਾਰ ਨੇ ਪੁਲਿਸ ਨੂੰ ਭਾਜੜਾ ਪਾ ਦਿੱਤੀਆਂ। ਦੱਸ ਦਈਏ ਕਿ ਚੋਰ ਅੱਗੇ ਅੱਗੇ ਅਤੇ ਪੁਲਿਸ ਉਸਦੇ ਪਿੱਛੇ ਪਿੱਛੇ ਭੱਜਦੀ ਨਜ਼ਰ ਆਈ ਹੈ ਅਤੇ ਉਸ ਚੋਰ ਦੇ ਵੱਲੋਂ ਪੁਲਿਸ ਨੂੰ ਗਲੀਆਂ ਦੇ ਵਿੱਚ ਖੂਬ ਗੋਲ ਗੋਲ ਘੁਮਾਇਆ ਗਿਆ। ਤਾਂ ਦੱਸ ਦਈਏ ਕਿ ਖਬਰ ਪਟਿਆਲਾ ਦੇ ਤ੍ਰਿਪੜੀ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਔਰਤ ਦਾ ਫੋਨ ਖੋ ਕੇ ਭੱਜ ਰਹੇ ਜਦੋਂ ਚੋਰ ਨੂੰ ਫੜਨ ਦੇ ਲਈ ਪੁਲਿਸ ਨਿਕਲੀ ਤਾਂ ਪੁਲਿਸ ਨੂੰ ਵੀ ਉਸਨੇ ਭਾਜੜਾ ਪਾ ਦਿੱਤੀਆਂ। ਲੋਕਾਂ ਦੇ ਵੱਲੋਂ ਵੀ ਕੜੀ ਮੁਸ਼ਕਤ ਕੀਤੀ ਗਈ, ਚੋਰ ਦੇ ਪਿੱਛੇ ਪਿੱਛੇ ਭੱਜਿਆ ਗਿਆ ਅਤੇ ਬੜੀ ਮੁਸ਼ਕਲ ਦੇ ਨਾਲ ਚੋਰ ਨੂੰ ਕਾਬੂ ਕੀਤਾ ਗਿਆ ਅਤੇ ਘਟਨਾ ਕੋਲ ਹੀ ਲੱਗੇ ਇੱਕ CCTV ਦੇ ਵਿੱਚ ਕੈਦ ਹੋ ਗਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕ ਦੇ ਉੱਤੇ ਇੱਕ ਚੋਰ ਜਦੋਂ ਭੱਜਦਾ ਹੈ ਤਾਂ ਪੁਲਿਸ ਆਪਣੀ ਗੱਡੀ ਨੂੰ ਸੜਕ ਦੇ ਵਿਚਾਲੇ ਹੀ ਖੜ੍ਹੀ ਕਰਕੇ ਜਦੋਂ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਚੋਰ ਅੱਗੇ ਨੂੰ ਭੱਜ ਲੈਂਦਾ ਅਤੇ ਪੁਲਿਸ ਉਸਦੇ ਪਿੱਛੇ ਪਿੱਛੇ ਭੱਜਦੀ ਨਜ਼ਰ ਆਈ ਹੈ। ਹਾਲਾਂਕਿ ਨਾਲ ਹੀ ਇੱਕ ਛੋਟੇ ਹਾਥੀ ਦਾ ਚਾਲਕ ਵੀ ਨਿਕਲਦਾ ਹੈ, ਉਸਦੇ ਵੱਲੋਂ ਵੀ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਚੋਰ ਇੰਨਾ ਸ਼ਾਤਿਰ ਅਤੇ ਤੇਜ਼ ਹੁੰਦਾ ਕਿ ਇਹਨਾਂ ਦੋਵਾਂ ਦੇ ਹੱਥੋਂ ਬੜੀ ਚਲਾਕੀ ਦੇ ਨਾਲ ਨਿਕਲ ਜਾਂਦਾ ਹੈ। ਹਾਲਾਂਕਿ ਜਦੋਂ ਗਲੀਆਂ ਦੇ ਵਿੱਚ ਭੱਜ ਰਿਹਾ ਸੀ ਤਾਂ ਉਸਦੀ ਵੀ ਇਹ CCTV ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਲੋਕ ਵੀ ਉਸ ਚੋਰ ਦੇ ਮਗਰ ਭੱਜਦੇ ਨਜ਼ਰ ਆਏ ਨੇ ਅਤੇ ਕਿਹਾ ਜਾ ਰਿਹਾ ਕਿ ਕਾਫ਼ੀ ਅੱਗੇ ਜਾ ਕੇ ਇਸ ਚੋਰ ਨੂੰ ਕਾਬੂ ਕੀਤਾ ਗਿਆ ਅਤੇ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਪਟਿਆਲਾ ਦੇ ਤ੍ਰਿਪੜੀ ਇਲਾਕੇ ਤੋਂ ਇਹ ਵੀਡੀਓ ਵਾਇਰਲ ਹੋਈ ਦੱਸੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇੱਕ ਚੋਰ ਨੇ ਪੁਲਿਸ ਨੂੰ ਭਾਜੜਾ ਪਾ ਦਿੱਤੀਆਂ, ਪੁਲਿਸ ਉਸਦੇ ਪਿੱਛੇ ਪਿੱਛੇ ਅਤੇ ਚੋਰ ਅੱਗੇ ਅੱਗੇ ਭੱਜਦਾ ਨਜ਼ਰ ਆਇਆ।